ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਵਪ੍ਰੀਤ ਵਰਮਾ ਵਿਨਿਊਰ ਇੰਗਲਿਸ਼ ਐਂਡ ਕੰਸਲਟੈਂਸੀ ਜਗਰਾਓਂ ਤੋਂ ਅੱਜ ਤੁਹਾਨੂੰ ਅਸੀਂ ਆਪਣੀ ਪੀਟੀ ਲੈਬ ਦਾ ਦੌਰਾ ਕਰਵਾਵਾਂਗੇ ਕਿਸ ਤਰ੍ਹਾਂ ਸਟੂਡੈਂਟ ਸਾਡੀ ਪੀਟੀ ਦੇ ਵਿੱਚ ਅਟੈਂਪਟ ਕਰਦੇ ਆ ਪੀਟੀ ਟੈਸਟ ਔਰ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਇਵੈਲੂਏਸ਼ਨ ਕਰਦੇ ਹਾਂ ਸਟੈਪ ਬਾਏ ਸਟੈਪ ਕਿਵੇਂ ਇੰਪਰੂਵਮੈਂਟ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਡੇ ਸਕੋਰਸ ਨੇ ਐਵਰੇਜ ਸਕੋਰ ਸਾਡੇ 60+ ਨੇ ਰੀਸੈਂਟਲੀ ਅਪਰਨਾ ਤਿਵਾਰੀ ਸ਼ੀ ਗੋਟ 76 ਐਂਡ ਪੀਟੀ ਓਵਰਆਲ ਹਰਪ੍ਰੀਤ ਕੌਰ ਐਂਡ ਗੁਰਸੇਵਕ ਗੋਟ 67 ਕਿਰਨਦੀਪ ਕੌਰ ਗੋਟ 60 ਸਿਮਿਲਰਲੀ ਸਿਮਰਨਜੀਤ 62 ਐਂਡ ਨਵਦੀਪ ਕੌਰ 60 ਸੋ ਐਵਰੇਜ ਸਕੋਰ ਜਿਹੜਾ ਸਾਡੇ ਸੈਂਟਰ ਦਾ ਹੈਗਾ 60+ ਹੈਗਾ ਔਰ ਐਵਰੇਜ ਟਾਈਮ ਜਿਹੜਾ ਸਾਡਾ ਹੈਗਾ 1 ਮੰਥ ਹੈਗਾ ਕਿਸ ਤਰ੍ਹਾਂ ਇਸ ਸਕੋਰ ਨੂੰ ਅਸੀਂ ਅਚੀਵ ਕਰਦੇ ਹਾਂ ਤੁਸੀਂ ਇੱਕ ਵਾਰ ਸਾਡੀ ਸਾਰੀ ਲੈਬ ਦੇਖ ਸਕਦੇ ਹੋ ਬੱਚੇ ਕਿਸ ਤਰ੍ਹਾਂ ਅਟੈਂਪਟ ਕਰ ਰਹੇ ਨੇ ਆਪਣਾ ਪੀਟੀ ਦਾ ਸਕੋਰ ਔਰ ਅਸੀਂ ਤੁਹਾਡੀ ਗੱਲ ਕਰਾਵਾਂਗੇ ਸਾਡੇ ਜਿਹੜੇ ਮਾਸਟਰ ਟ੍ਰੇਨਰ ਨੇ ਪੀਅਰਸਨ ਸਰਟੀਫਾਈਡ ਅਰਸ਼ਦੀਪ ਕੌਰ ਸੋ ਅਰਸ਼ ਮੈਡਮ ਕਿਸ ਤਰ੍ਹਾਂ ਤੁਸੀਂ ਇਵੈਲੂਏਟ ਕਰਦੇ ਹੋ ਬੱਚੇ ਨੂੰ ਇਨੀਸ਼ੀਅਲੀ ਜਦੋਂ ਸਟੂਡੈਂਟ ਆਉਂਦਾ ਹੈ ਵਟ ਇਜ਼ ਯੂਅਰ ਅਪਰੋਚ ਸਰ ਫਸਟ ਆਫ ਆਲ ਸਟੂਡੈਂਟ ਦਾ ਬੇਸਿਕ ਲੈਵਲ ਚੈੱਕ ਕੀਤਾ ਜਾਂਦਾ ਦੈਨ ਉਸ ਅਕੋਰਡਿੰਗ ਉਹਨੂੰ ਗਾਈਡੈਂਸ ਵੀ ਦਿੱਤੀ ਜਾਂਦੀ ਹੈ ਜੋ ਬੇਸਿਕ ਜੋ ਪੀ ਟੀ ਦਾ ਬੇਸਿਕ ਕਨਸੈਪਟ ਹੁੰਦਾ ਉਹਨੂੰ ਕਲੀਅਰ ਕੀਤਾ ਜਾਂਦਾ ਹੈ ਸੋ ਜੋ ਵੀ ਉਹਦੀਆਂ ਡਾਊਟਸ ਹੁੰਦੀਆਂ ਨਾਲ ਦੀ ਨਾਲ ਕਲੀਅਰ ਕਰਕੇ ਦੈਨ ਉਸਨੂੰ ਉਸ ਅਕੋਰਡਿੰਗ ਹੀ ਗਾਈਡ ਕੀਤਾ ਜਾਂਦਾ ਕੀ ਤੁਹਾਡੀ ਕੋਸ਼ਿਸ਼ ਰਹਿੰਦੀ ਹੈ ਕਿੰਨੇ ਕੁ ਬੈਂਡ ਜਾਂ ਸਕੋਰ ਵਾਲੀ ਤੁਸੀਂ ਟ੍ਰੇਨਿੰਗ ਦਿੰਦੇ ਹੋ ਸਰ ਆਲਵੇਜ਼ ਟਾਰਗੇਟ ਰਹਿੰਦਾ ਕਿ ਬੱਚਾ ਚਾਹੇ 50+ ਲੈ ਕੇ ਆਇਆ ਆਪਣੇ ਕੋਲ ਬਟ ਸਾਡਾ ਟਾਰਗੇਟ ਰਹਿੰਦਾ ਕਿ ਉਹਨੂੰ 70+ ਹੀ ਅਪਰੋਚ ਕਰੋ ਵੈਰੀ ਗੁੱਡ ਸੋ ਅਸੀਂ 70+ ਦਾ ਸਾਡਾ ਟਾਰਗੇਟ ਹੁੰਦਾ ਹੈ ਤਾਂ ਕਿ ਚਾਹੇ ਤੁਸੀਂ ਪੀ ਟੀ ਤੋਂ ਬਾਅਦ ਕੈਨੇਡਾ ਫਾਈਲ ਲਗਾਉਣੀ ਹੋਵੇ ਕਿਉਂਕਿ ਹੁਣ ਕੈਨੇਡਾ ਪੀ ਟੀ ਐਕਸੈਪਟ ਕਰ ਰਿਹਾ 63 ਲੈ ਰਿਹਾ ਸੋ ਅਸੀਂ 70+ ਦੀ ਤਿਆਰੀ ਕਰਵਾਉਂਦੇ ਤਾਂ ਕਿ ਤੁਸੀਂ ਕੈਨੇਡਾ ਵਾਸਤੇ ਐਲੀਜੀਬਲ ਹੋ ਪਾਓ ਸੋ ਮੈਕਸੀਮਮ ਦੇਖਿਆ ਗਿਆ ਕਿ ਜਿਹੜੇ ਬੱਚਿਆਂ ਦੇ ਸਕੋਰ ਆਮ ਸੈਂਟਰਾਂ 'ਤੇ ਨਹੀਂ ਆਉਂਦੇ ਉਹਦਾ ਕਾਰਨ ਇਹ ਹੈ ਕਿ 6-6 ਬੈਂਡ ਵਾਲੇ ਬੱਚੇ ਜਾਂ 60-60 ਵਾਲੇ ਟ੍ਰੇਨਰ ਹੀ ਪੜ੍ਹਾ ਰਹੇ ਹੈ ਅਸੀਂ ਸਰਟੀਫਾਈਡ ਹਾਂ ਜੀ ਪੀਅਰਸਨ ਸਰਟੀਫਾਈਡ ਹੈਗੇ ਹਾਂ ਔਰ ਹਾਈਲੀ ਕੁਆਲੀਫਾਈਡ ਹੈਗੇ ਆ ਸਾਰੇ ਸਾਡੇ ਟ੍ਰੇਨਰ ਇਸ ਕਰਕੇ ਸਾਡੇ ਬੱਚਿਆਂ ਦੇ ਜਿਹੜੇ ਇੱਥੇ ਪੜ੍ਹ ਕੇ ਜਾਂਦੇ ਆ 1-1.5-2 ਮਹੀਨੇ ਦੇ ਵਿੱਚ 60+ ਅਸੀਂ ਕੋਸ਼ਿਸ਼ ਕਰਦੇ ਹਾਂ 70+ ਦੀ ਅਸੀਂ ਟ੍ਰੇਨਿੰਗ ਦਿੰਦੇ ਹਾਂ ਸਾਡੀ ਕਲਾਸ ਦੇ ਵਿੱਚ 2 ਟ੍ਰੇਨਰ ਆਲ ਦਾ ਟਾਈਮ ਅਵੇਲੇਬਲ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ 2 ਟ੍ਰੇਨਰਸ ਸਟੂਡੈਂਟਸ ਨੂੰ ਗਾਈਡ ਕਰਦੇ ਆ ਮੋਨੀਟਰ ਕਰਦੇ ਹੋ ਸਭ ਤੋਂ ਵੱਡੀ ਗੱਲ ਹੈ ਜਿਹੜਾ ਕਲਾਸ ਦਾ ਇਨਵਾਇਰਮੈਂਟ ਹੈਗਾ ਉਹ ਮੈਟਰ ਕਰਦਾ ਸੋ ਸਾਰੀਆਂ ਗਾਈਡਲਾਈਨਸ ਤੁਸੀਂ ਪਹਿਲਾਂ ਬੱਚੇ ਨੂੰ ਦੱਸ ਦਿਓ ਕਿਸ ਤਰ੍ਹਾਂ ਫੋਲੋ ਕਰਨਾ ਹੈਗਾ ਸੋ ਤੁਸੀਂ ਕਲਾਸ ਦੇਖ ਸਕਦੇ ਹੋ ਕੋਈ ਵੀ ਇਨਸੰਸੀਅਰ ਸਟੂਡੈਂਟ ਨਹੀਂ ਹੈ ਆਲ ਆਰ ਸੰਸੀਅਰ ਸਟੂਡੈਂਟਸ ਇਹੀ ਇੱਕ ਕਾਰਨ ਹੈ ਕਿ ਸਾਡੇ ਮਾਹੌਲ ਬਹੁਤ ਵਧੀਆ ਹੈ ਤਾਂ ਕਿ ਤੁਸੀਂ ਇੱਥੇ ਆਓ ਇੱਥੇ ਪ੍ਰੋਪਰਲੀ ਡੈਡੀਕੇਟਲੀ ਟਾਈਮ ਸਪੈਂਡ ਕਰੋ ਔਰ ਹਾਇਰ ਸਕੋਰ ਲੈ ਪਾਓ ਅਰਸ਼ ਮੈਡਮ ਕੀ ਤੁਸੀਂ ਗਾਈਡ ਕਰਨਾ ਚਾਹੋਗੇ ਸਟੂਡੈਂਟਸ ਨੂੰ ਕਿ ਘਰ ਵੀ ਤਿਆਰੀ ਕਰਨੀ ਚਾਹੀਦੀ ਹੈ ਅਪਾਰਟ ਫਰੋਮ ਦਾ ਕਲਾਸਰੂਮ ਟ੍ਰੇਨਿੰਗ ਕੀ ਕੀ ਚੀਜ਼ਾਂ ਆਪਾਂ ਪ੍ਰੋਵਾਈਡ ਕਰਦੇ ਹਾਂ ਯੈਸ ਸਰ ਫਸਟ ਆਫ ਆਲ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬੱਚੇ ਦਾ ਜੋ ਬੇਸਿਕ ਲੈਵਲ ਹੈ ਲਾਈਕ ਇਨ ਪੀ ਟੀ ਦੈਟਸ ਪ੍ਰੋਨਾਂਸੀਏਸ਼ਨ ਐਂਡ ਫਲੂਐਂਸੀ ਦੈਟ ਮੈਟਰਸ ਦਾ ਮੋਸਟ ਸੋ ਬੱਚਿਆਂ ਨੂੰ ਕਲਾਸ ਤੋਂ ਇਲਾਵਾ ਵੀ ਘਰ ਪ੍ਰੈਕਟਿਸ 'ਤੇ ਫੋਕਸ ਕਰਨਾ ਚਾਹੀਦਾ ਲਾਈਕ ਰੀਡਿੰਗ ਵਗੈਰਾ ਐਕਸਟਰਾ ਉਹਨਾਂ ਨੂੰ ਆਪਣੀ ਵਧਾਉਣੀ ਚਾਹੀਦੀ ਹੈ ਜਿਸ ਨਾਲ ਉਹ ਅੱਛੇ ਸਕੋਰਸ ਵੀ ਅਚੀਵ ਕਰ ਸਕਦੇ ਆ ਇਨ ਫਿਊਚਰ ਐਂਡ ਉਹਨਾਂ ਦਾ ਲੈਵਲ ਵੀ ਸਟੇਬਲ ਹੋ ਸਕਦਾ ਅਸੀਂ ਕਲਾਸਰੂਮ 'ਚ ਵੀ ਜਿਵੇਂ ਬੱਚਿਆਂ ਨੂੰ ਦੱਸਦੇ ਹਾਂ ਕਿ ਉਹ ਆਪਣਾ ਅਪਾਰਟ ਫਰੋਮ ਟ੍ਰੇਨਿੰਗ ਘਰ ਰੀਡ ਕਰਨ ਨਿਊਜ਼ ਪੇਪਰ ਰੀਡ ਕਰਨ ਘਰ ਲਿਸਨਿੰਗ ਸੁਣਨ ਇੰਗਲਿਸ਼ ਦੇ ਵਿੱਚ ਸੋ ਦੈਟ ਦੇਅਰ ਸਕਿੱਲਸ ਕੈਨ ਬੀ ਇਨਹੈਂਸਡ ਬਹੁਤ ਕੁਛ ਔਨਲਾਈਨ 'ਤੇ ਮਟੀਰੀਅਲ ਵੀ ਪਿਆ ਸੋ ਉਹ ਚੀਜ਼ਾਂ ਤੁਸੀਂ ਕਲਾਸ 'ਚ ਆ ਕੇ ਇੰਪਲੀਮੈਂਟ ਕਰੋ ਤਾਂ ਕਿ ਤੁਹਾਡਾ ਸਕੋਰ ਹੋਰ ਵੀ ਵਧੀਆ ਆਵੇ ਹੁਣ ਆਪਾਂ 2-4 ਸਟੂਡੈਂਟਸ ਤੋਂ ਪੁੱਛਾਂਗੇ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਕੀ ਰਿਹਾ ਹੈਗਾ ਹਾਂਜੀ ਸਰ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਮਨਪ੍ਰੀਤ ਤੁਸੀਂ ਕਿਹੜੀ ਜਗ੍ਹਾ ਤੋਂ ਰਸੂਲਪੁਰ ਸਰ ਰਸੂਲਪੁਰ ਹਾਂਜੀ ਸਰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਡਾ ਇੱਥੇ ਰਿਹਾ ਵਿਨਿਊਰ ਇੰਗਲਿਸ਼ ਸਰ ਇੱਥੇ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਕਿਉਂਕਿ ਮੇਰਾ ਸਕੋਰ ਵੀ ਪਹਿਲਾਂ ਕਾਫੀ ਲੋਅ ਆਉਂਦਾ ਸੀ ਹੁਣ ਮਤਲਬ ਕਾਫੀ ਠੀਕ ਆ ਮਤਲਬ ਕੁਸ਼ਚਨਾਂ ਦੇ ਵਿੱਚ ਕਾਫੀ ਵਧੀਆ ਆ ਰਿਹਾ ਤੁਸੀਂ ਸੈਟੀਸਫਾਈਡ ਓਵਰਆਲ ਯੈਸ ਸਰ ਆਈ ਐਮ ਸੈਟੀਸਫਾਈਡ ਵੈਰੀ ਗੁੱਡ ਥੈਂਕ ਯੂ ਪਲੀਜ਼ ਕੈਰੀ ਔਨ ਸੋ ਹੁਣ ਆਪਾਂ ਇਹਨਾਂ ਤੋਂ ਪੁੱਛਾਂਗੇ ਬੇਟੀ ਤੋਂ ਕਿ ਇਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬੇਟਾ ਨਾਮ ਕੀ ਹੈ ਤੁਹਾਡਾ ਸਰ ਮੇਰਾ ਨਾਮ ਜਸਪ੍ਰੀਤ ਕੌਰ ਫਰੋਮ ਵਿਚ ਵਿਲੇਜ ਪਲੀਜ਼ ਡੱਲਾ ਡੱਲੇ ਤੋਂ ਕਿਸ ਤਰ੍ਹਾਂ ਤੁਹਾਨੂੰ ਇੱਥੋਂ ਦਾ ਮਾਹੌਲ ਲੱਗਿਆ ਕਲਾਸ ਦਾ ਜਾਂ ਟ੍ਰੇਨਿੰਗ ਕਿੱਦਾਂ ਦੀ ਲੱਗ ਰਹੀ ਮੈਨੂੰ ਇੱਥੋਂ ਟ੍ਰੇਨਿੰਗ ਬਹੁਤ ਵਧੀਆ ਲੱਗੀ ਹੈ ਅਤੇ ਇਨਵਾਇਰਮੈਂਟ ਬਹੁਤ ਸੇਫ ਹੈ ਇੱਥੋਂ ਦਾ ਔਰ ਜਿਹੜਾ ਸੋਫਟਵੇਅਰ 'ਤੇ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਮੈਡਮ ਵਿਨਿਊਰ ਇੰਗਲਿਸ਼ ਦਾ ਸੋਫਟਵੇਅਰ ਤੁਸੀਂ ਦਿਖਾ ਸਕਦੇ ਹੋ ਸਾਡਾ ਡੈਡੀਕੇਟਡ ਸੋਫਟਵੇਅਰ ਹੈ ਜੀ ਵਿਨਿਊਰ ਇੰਗਲਿਸ਼ ਦਾ ਇਹਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਪੀ ਟੀ ਦੇ ਵਰਗਾ ਹੀ ਹੈ ਲਾਈਨ ਜਾਂ ਸਾਰੇ ਸਟੈਪਸ ਹਾਂਜੀ ਇਹ ਸੇਮ ਫਾਰਮੈਟ ਆ ਉਦਾਂ ਸੇਮ ਫਾਰਮੈਟ ਥੈਂਕ ਯੂ ਸੋ ਮੱਚ ਸੋ ਇੱਕ 2 ਸਟੂਡੈਂਟਸ ਨੂੰ ਹੋਰ ਪੁੱਛਾਂਗੇ ਜੀ ਜਸਟ ਫੋਰ ਦਾ ਇਨਫੋਰਮੇਸ਼ਨ ਮੈਡਮ ਯੂਅਰ ਨੇਮ ਪਲੀਜ਼ ਸਰ ਕਿਰਨਜੀਤ ਕੌਰ ਕਿਹੜੀ ਜਗ੍ਹਾ ਤੋਂ ਆਈ ਐਮ ਫਰੋਮ ਐਤੀਆਨਾ ਐਤੀਆਨਾ ਵਿਲੇਜ ਆਈ ਗੈਸ ਕਿਹੜੇ ਡਿਸਟ੍ਰਿਕਟ ਸੁਧਾਰ ਦੇ ਕੋਲ ਹੈ
ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈਗਾ ਇੱਥੋਂ ਦਾ ਬਿਹੇਵੀਅਰ ਵਿੱਚ? ਬਹੁਤ ਵਧੀਆ ਸੀ, ਬਹੁਤ ਵਧੀਆ ਹੈਗਾ। ਕੋਈ ਲੱਗਿਆ ਬਾਕੀ ਸੈਂਟਰ ਜਿਵੇਂ ਤੁਸੀਂ ਪਹਿਲਾਂ 2-3 ਸੈਂਟਰਸ 'ਤੇ ਗਏ ਸੀ ਉਹਨਾਂ ਨਾਲੋਂ ਇੱਥੇ ਸਿੰਸੀਅਰਿਟੀ ਜਾਂ ਲੈਵਲ ਆਫ ਟ੍ਰੇਨਿੰਗ ਦਾ ਫਰਕ ਹੈਗਾ? ਹਾਂਜੀ ਸਰ। ਚਲੋ, ਥੈਂਕ ਯੂ ਸੋ ਮੱਚ। ਸੋ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਸਾਰੇ ਬੱਚੇ ਬਹੁਤ ਡੈਡੀਕੇਟਲੀ ਪੜ੍ਹ ਰਹੇ ਨੇ ਔਰ ਟ੍ਰੇਨਰਸ ਟਾਈਮ ਟੂ ਟਾਈਮ ਇਹਨਾਂ ਨੂੰ ਗਾਈਡ ਕਰ ਰਹੇ ਹੈ। ਸੋ ਜਿਹੜੇ ਵੀ ਬੱਚਿਆਂ ਦਾ ਸਕੋਰ ਨਹੀਂ ਆ ਰਿਹਾ ਪੀ ਟੀ ਦੇ ਵਿੱਚ ਜਾਂ ਉਹ ਪੀ ਟੀ ਕਰਨਾ ਚਾਹੁੰਦੇ ਹੈ ਫਸਟ ਟਾਈਮ ਹੈ, ਇੱਕ ਵਾਰ ਵੈਨਿਊਰ ਇੰਗਲਿਸ਼ 'ਤੇ ਜ਼ਰੂਰ ਆਓ, ਵਿਜ਼ਿਟ ਕਰੋ, ਐਕਸਪੀਰੀਅੰਸ ਦਾ ਕੁਆਲਿਟੀ ਐਂਡ ਐਮਬਰੇਸ ਯੂਅਰ ਡ੍ਰੀਮ। ਥੈਂਕ ਯੂ ਸੋ ਮੱਚ। ਦਿੱਤੇ ਗਏ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਾਡਾ ਜਿਹੜਾ ਹੈੱਡ ਆਫਿਸ ਹੈਗਾ ਰਾਏਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ ਚਕਰਾਓ। ਸਤਿ ਸ਼੍ਰੀ ਅਕਾਲ।